ਹਾਂਜੀ ਦੋਸਤੋ, ਜੋ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਫਰਦ ਹੈ ਜਿਹੜੀ ਆਪਾਂ ਕਿਸ ਤਰ੍ਹਾਂ ਡਾਊਨਲੋਡ ਕਰਾਂਗੇ, ਠੀਕ ਹੈ ਜੀ। ਦੱਸਾਂਗੇ ਫਰਦ ਤੁਸੀਂ ਕਿਸ ਤਰ੍ਹਾਂ ਡਾਊਨਲੋਡ ਕਰਾਓਗੇ। ਤਾਂ ਉਸ ਲਈ ਸਭ ਤੋਂ ਪਹਿਲਾਂ ਤੁਸੀਂ ਯਾਨੀ ਕਿ ਗੂਗਲ 'ਤੇ ਆ ਜਾਣਾ। ਗੂਗਲ 'ਤੇ ਆਉਣ ਤੋਂ ਬਾਅਦ ਇਹ ਸਰਚ ਕਰੋਗੇ ਪੰਜਾਬ ਫਰਦ, ਜੇਕਰ ਤੁਸੀਂ ਹਰਿਆਣਾ ਦੀ ਫਰਦ ਸਰਚ ਕਰੋ ਤਾਂ ਹਰਿਆਣਾ ਫਰਦ ਲਿਖੋਗੇ, ਜਾਂ ਕਿਸੇ ਹੋਰ ਸਟੇਟ ਦੀ ਯਾਨੀ ਕਿ ਫਰਦ ਚੈੱਕ ਕਰ ਰਹੇ ਹੋ ਤਾਂ ਉਹ ਸਟੇਟ ਦਾ ਨਾਮ ਸੀ ਇੱਥੇ ਐਡ ਕਰੋਗੇ। ਆਪਾਂ ਪੰਜਾਬ ਦੀ ਗੱਲ ਕਰਾਂਗੇ ਤਾਂ ਇੱਥੇ ਪੰਜਾਬ ਫਰਦ ਲਿਖੋਗੇ ਤਾਂ ਜੋ ਪਹਿਲੀ ਆਪਸ਼ਨ ਆਉਂਦੀ ਹੈ ਜੀ, ਇੱਥੇ ਆਪਾਂ ਕਰ ਦੇਣਾ ਕਲਿੱਕ। ਕਲਿੱਕ ਕਰਨ ਤੋਂ ਬਾਅਦ ਕੁਝ ਸਮਾਂ ਆਪਾਂ ਨੂੰ ਵੇਟ ਕਰਨਾ ਪਊਗਾ, ਠੀਕ ਹੈ ਜੀ। ਉਹਨਾਂ ਟਾਈਮ ਤੁਸੀਂ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਕਰ ਦਿਓ ਸਬਸਕ੍ਰਾਈਬ, ਚੈਨਲ ਨੂੰ ਘੱਟੋ ਘੱਟ 5 ਮਿੰਟਾਂ 'ਚ ਕਰੋ ਜੀ ਸ਼ੇਅਰ। ਵੀਡੀਓ ਨੂੰ ਅਖੀਰ ਤੱਕ ਦੇਖੋ ਜੀ, ਅਧੂਰੀ ਜਾਣਕਾਰੀ ਕਹਿੰਦੇ ਹਾਨੀਕਾਰਕ ਹੁੰਦੀ ਹੈ। ਤਾਂ ਇੱਥੇ ਤੁਸੀਂ ਦੇਖੋਗੇ ਆ ਗਏ ਜਦੋਂ, ਇੱਥੇ ਆਪਸ਼ਨਾਂ ਕਾਫੀ ਆ ਜਾਣਗੀਆਂ। ਜੇਕਰ ਤੁਸੀਂ ਫਰਦ ਨੂੰ ਜੋ ਇਹ ਤੁਹਾਨੂੰ ਡੈਸ਼ਬੋਰਡ ਦੱਸ ਰਿਹਾ ਇਹਨੂੰ ਫਿਲ ਕਰਨਾ ਪਊਗਾ। ਤੁਸੀਂ ਇੱਥੇ ਕੀ ਹੈ, ਦੋ ਆਪਸ਼ਨ ਵਾਲੀ ਸਾਈਡ 'ਤੇ ਦੇਖੋਗੇ, ਇਸ ਸਾਈਡ 'ਤੇ ਆਪਸ਼ਨ ਵਾਲੇ ਦੋ, ਇੱਥੇ ਤੁਸੀਂ ਪੰਜਾਬੀ ਸਿਲੈਕਟ ਕਰ ਲੈਣੀ ਹੈ, ਨਹੀਂ ਇੰਗਲਿਸ਼ ਕਰ ਸਕਦੇ ਹੋ, ਕੋਈ ਤੁਹਾਡੀ ਆਪਦੀ ਚੋਇਸ ਹੈ। ਹੁਣ ਜੇ ਤੁਸੀਂ ਪੰਜਾਬੀ ਸਿਲੈਕਟ ਕਰੋਗੇ ਆਪਾਂ ਨੂੰ ਕੀ ਹੈ, ਇੱਥੇ ਸਾਰਾ ਕੁਛ ਜ਼ਿਲ੍ਹਾ ਭਰਨਾ ਪਊਗਾ, ਠੀਕ ਹੈ ਜੀ, ਪਿੰਡ ਅਤੇ ਤੁਹਾਡਾ ਸਾਲ, ਇਹ ਸਾਰਾ ਕੁਝ ਫਿਲ ਕਰਨਾ ਪਊ। ਜਿਵੇਂ ਕਿ ਆਪਾਂ ਜ਼ਿਲ੍ਹੇ ਦੀ ਗੱਲ ਕਰੀਏ, ਇੱਥੇ ਸਾਰੇ ਹੀ ਜ਼ਿਲ੍ਹੇ ਨੇ, ਤੁਸੀਂ ਕਿਸ ਜ਼ਿਲ੍ਹੇ ਦੀ ਗੱਲ ਕਰ ਰਹੇ ਹੋ ਤਾਂ ਉਹ ਜਿਵੇਂ ਕਿ ਆਪਾਂ ਸਰਚ ਕਰਦੇ ਅੰਮ੍ਰਿਤਸਰ, ਠੀਕ ਹੈ। ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਅਸੀਂ ਅੰਮ੍ਰਿਤਸਰ ਦੀ ਜਿਹੜੀ ਫਰਦ ਕਿਵੇਂ ਦੇਖਣੀ ਆ, ਜਾਂ ਕੋਈ ਸ਼ਹਿਰ ਦੀ। ਚਲੋ ਆਪਾਂ ਉੱਧਰ ਗੱਲ ਚ ਕਰਦੇ ਹਾਂ, ਠੀਕ ਹੈ ਜੀ। ਜ਼ਿਲ੍ਹਾ ਸਿਲੈਕਟ ਕਰ ਲੈਣਾ, ਉਸ ਤੋਂ ਬਾਅਦ ਤੁਸੀਂ ਜੋ ਨੈਕਸਟ ਕਰਨਾ ਸਿਲੈਕਟ ਤਹਿਸੀਲ ਕਰੋਗੇ, ਪਿੰਡ ਅਤੇ ਸਾਲ, ਠੀਕ ਹੈ। ਹੁਣ ਤਹਿਸੀਲ ਤੁਸੀਂ ਦੇਖ ਲਓ ਜੀ ਕਿਹੜੀ ਤਹਿਸੀਲ ਲੱਗਦੀ ਹੈ ਤੁਹਾਨੂੰ, ਠੀਕ ਹੈ, ਉਹ ਸਿਲੈਕਟ ਕਰ ਲੈਣੀ ਹੈਗੀ। ਜੰਡਿਆਲਾ, ਬਿਆਸ, ਠੀਕ ਹੈ, ਜਿਸ ਤਰ੍ਹਾਂ ਬਿਆਸ ਸਿਲੈਕਟ ਕਰ ਲਈ ਤਹਿਸੀਲ। ਉਸ ਤੋਂ ਬਾਅਦ ਪਿੰਡ ਦੇਖ ਲਓ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਪਿੰਡ ਸਿਲੈਕਟ ਕਰ ਲੈਣਾ ਗਾ, ਜਿਹੜੇ ਵੀ ਤੁਸੀਂ ਪਿੰਡ 'ਚ ਬਿਲੋਂਗ ਕਰਦੇ ਹੋਗੇ, ਯਾਨੀ ਕਿ ਠੀਕ ਹੈ, ਜਿਵੇਂ ਭੈਣੀ ਕਲ ਪਿੰਡ ਸਿਲੈਕਟ ਕਰ ਲੈਂਦੇ ਹਾਂ ਜੀ ਆਪਾਂ। ਅਤੇ ਇਸ ਤਰ੍ਹਾਂ ਇਹ ਯਾਨੀ ਕਿ ਲੋਡਿੰਗ ਲੱਗੂ ਵੈਬਸਾਈਟ, ਠੀਕ ਹੈ। ਉਹਨਾਂ ਟਾਈਮ ਆਪਾਂ ਨਾ ਵੀਡੀਓ ਨੂੰ ਲਾਈਕ ਕਰ ਦਿਓ, ਠੀਕ ਹੈ, ਸ਼ੇਅਰ ਕਰ ਦਿਓ ਚੈਨਲ ਨੂੰ, ਸਬਸਕ੍ਰਾਈਬ ਕਰ ਲਓ। ਆ ਦੇਖੋ ਕਈ ਵਾਰ ਇਸ ਤਰ੍ਹਾਂ ਦਾ ਵੀ ਤੁਹਾਨੂੰ ਐਰੇ ਆ ਜਾਂਦਾ, ਤੁਸੀਂ ਨੂੰ ਕਵਰ ਹੋਣਾ ਨਹੀਂ, ਤੁਸੀਂ ਓਕੇ ਕਰ ਦੇਣਾ ਤਾਂ ਦੁਬਾਰਾ ਕੀ ਇਹਨੂੰ ਸਿਲੈਕਟ ਕਰੋਗੇ, ਠੀਕ ਹੈ ਜੀ, ਠੀਕ ਹੈ। ਅਤੇ ਆਪਾਂ ਕੋਈ ਹੋਰ ਪਿੰਡ ਦੇਖਦੇ ਹਾਂ ਸਿਲੈਕਟ ਕਰਕੇ, ਜਿਵੇਂ ਭੈਣੀ ਸਿਲੈਕਟ ਕਰਦੇ ਹਾਂ। ਇਹ ਕਈ ਵਾਰ ਕੋਈ ਨੈਟਵਰਕ ਦਾ ਇਸ਼ੂ ਹੋ ਸਕਦਾ ਗਾ, ਤਾਂ ਜੇ ਆਪਾਂ ਕੁਛ ਸਮੇਂ ਬਾਅਦ ਜਾਂ ਕੋਈ ਹੋਰ ਪਿੰਡ ਦੀ ਸਿਲੈਕਟ ਕਰ ਸਕਦੇ ਹਾਂ, ਜਦੋਂ ਤੁਹਾਡਾ ਉਹੀ ਸੇਮ ਪਿੰਡ ਹੈਗਾ ਤਾਂ ਤੁਸੀਂ, ਤਾਂ ਦੇਖੋ ਸੇਵਾ ਉਪਲਬਧ ਨਹੀਂ ਹੈਗੀ, ਬਾਅਦ ਵਿੱਚ ਕੋਸ਼ਿਸ਼ ਕਰੋ। ਕੋਈ ਹੁਣ ਦਿੱਕਤ ਆ ਰਹੀ ਹੈ ਜੀ, ਹੁਣ ਆਪਾਂ ਇਹਨੂੰ ਆਪਾਂ ਠੀਕ ਹੈ, ਹੁਣ ਡਾਟਾ ਯਾਨੀ ਕਿ ਬੈਕ ਕਰਾਂਗੇ, ਕੋਈ ਹੋਰ ਪਿੰਡ ਦੇਖਦੇ ਹਾਂ ਕਿ ਪਿੰਡਾਂ 'ਚ ਦਿੱਕਤ ਰਹੇਗੀ, ਵੈਸੇ ਆਉਣੀ ਚਾਹੀਦੀ ਦਿੱਕਤ, ਇਹ ਸਾਈਡ ਦਾ ਹੀ ਇਸ਼ੂ ਹੋ ਸਕਦਾ ਜੇ ਤੱਕ ਦੇਖਿਆ ਜਾਵੇ। ਤਾਂ ਇੱਥੇ ਚਲੋ ਦੋਸਤੋ ਇਹ ਕੋਈ ਦਿੱਕਤ ਆ ਗਈ ਆਪਾਂ, ਹੁਣ ਆਪਾਂ ਜਿਵੇਂ ਕਿ ਮਾਨਸਾ ਚੱਲਦੇ ਹਾਂ, ਠੀਕ ਹੈ ਜੀ। ਅਸੀਂ ਆਪਦੇ ਜ਼ਿਲ੍ਹੇ ਦੀ ਫਰਦ ਦੇਖਾਂਗੇ, ਤਹਿਸੀਲ ਸਾਡੀ ਬੁਢਲਾਡਾ ਜੀ। ਕਹਿੰਦੇ ਪਿੰਡ ਕਿਹੜਾ ਜੀ, ਸਾਡਾ ਪਿੰਡ ਹੈਗਾ ਜੀ ਕਹਿੰਦੇ ਗਾਮੀ ਵਾਲਾ। ਗਾਮੀ ਵਾਲਾ ਕਹਿੰਦੇ ਕਿੱਥੇ ਲੱਗਦਾ ਜੀ, ਬੋਹਾ ਦੇ ਕੋਲ ਲੱਗਦਾ ਗਾ। ਤਾਂ ਉਸ ਤੋਂ ਬਾਅਦ ਸਾਲ ਸਿਲੈਕਟ ਕਰ ਲੈਣਾ, ਦੇਖੋ ਜੀ ਬੜਕ ਬੜਾ ਖੁੱਲ ਜਾਂਦਾ ਗਾ, ਕਮਾਲ ਦੀ ਗੱਲ ਤਾਂ ਇਹ ਹੈਗਾ। ਮਾਨਸਾ ਭਰਿਆ, ਬੁਢਲਾਡਾ ਭਰਿਆ, ਗਾਮੀ ਵਾਲਾ, ਉਹ ਬੜਕ ਤਾਂ ਖੋਲਣਾ ਹੀ ਲਵੇ ਆ ਜੀ ਸਾਡੇ।
ਤੇ ਜੇ ਗੱਲ ਕਰੀਏ ਅੰਮ੍ਰਿਤਸਰ ਦੇ, ਦੂਰ ਪੈਂਦਾ ਜੀ ਸ਼ਹਿਰ, ਤਾਂ ਕਰਕੇ ਸ਼ਾਇਦ ਖੁੱਲਦਾ ਨਹੀਂ ਵਾਟਰ ਪਾਇਆ ਜ਼ਿਆਦਾ। ਤੇ ਹੁਣ ਆਪਾਂ ਇੱਥੇ ਜਮ੍ਹਾਂਬੰਦੀ 'ਚ ਜਾਣਾ ਗਾ, ਜਮ੍ਹਾਂਬੰਦੀ ਅਦਕਾਲ ਆ। ਤੇ ਉਸ ਤੋਂ ਬਾਅਦ ਜੀ ਤੁਸੀਂ ਦੇਖਣਾ ਗਾ ਇਹਦੇ ਵਿੱਚ ਜਮ੍ਹਾਂਬੰਦੀ ਦੇਖਣੀ ਆ, ਇੰਤਕਾਲ ਜੇ ਤੁਸੀਂ ਕਰਾਇਆ ਸੀ ਹੋ ਗਿਆ, ਠੀਕ ਆ ਜੀ, ਜਾਂ ਕੋਈ ਰਜਿਸਟਰੀ ਜਾਂ ਕਰਾ ਦੇਣਾ, ਉਸ ਤੋਂ ਬਾਅਦ ਇੰਤਕਾਲ ਹੋ ਗਿਆ ਕਿ ਨਾ, ਉਹ ਚੈੱਕ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਤੁਸੀਂ ਆਹ ਸਾਈਡ 'ਤੇ ਇੱਕ ਹੋਰ ਆਪਸ਼ਨਾਂ ਵੀ ਦੇਖ ਸਕਦੇ ਹੋ। ਚਲੋ ਇਹਦੇ ਵੀ ਕਲਿੱਕ ਕਰ ਲੈਣੇ, ਦੇਖ ਲੈਣੇ ਕੀ ਕੀ ਵਿੱਚ ਆਪਸ਼ਨਾਂ ਨੇ। ਹੁਣ ਜਿਹੜੀ ਕੀ ਹੈ ਜਮ੍ਹਾਂਬੰਦੀ, ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ, ਆਹ ਦੇਖੋ ਜਮ੍ਹਾਂਬੰਦੀ ਕਲਿੱਕ ਕਰਾਂਗੇ, ਇੰਤਕਾਲ ਲਈ ਇਸ 'ਤੇ ਕਲਿੱਕ ਕਰਾਂਗੇ, ਠੀਕ ਆ ਜੀ। ਰਜਿਸਟਰੀ ਦੀ ਦੇਖਾਂਗੇ ਇੱਥੋਂ ਵੀ ਕੀ ਫਰਦ, ਤਾਂ ਆਪਾਂ ਦੇਖ ਹੀ ਰਹੇ ਹਾਂ ਜੀ। ਚਲੋ ਉਸ ਤੋਂ ਬਾਅਦ ਇਹ ਸਾਰੀਆਂ ਨੇ ਪਾਣੀ ਦੇ ਕਨੈਕਸ਼ਨ ਦੀ ਸਥਿਤੀ ਦੇ ਸਕਦਾ ਜੀ, ਪਾਣੀ ਦਾ ਕਨੈਕਸ਼ਨ ਬਾਰੇ, ਠੀਕ ਆ ਜੀ। ਕੋਈ ਸੁਝਾਅ ਤੁਸੀਂ ਦੇਣੇ ਨੇ, ਉਹ ਕੋਈ ਸੰਪਰਕ ਕਰਨ ਦਫ਼ਤਰ ਨਾਲ ਇੱਥੋਂ ਕਰ ਸਕਦੇ ਹੋ, ਠੀਕ ਹੈ। ਯਾਨੀ ਕਿ ਸਾਰੀ ਹੀ ਜਾਣਕਾਰੀ ਦਿੱਤੀ ਗਈ ਹੈ, ਯਾਨੀ ਉਸ ਤੋਂ ਬਾਅਦ ਇਹਨੂੰ ਸਾਈਡ 'ਤੇ ਕਰ ਦਾਂਗੇ। ਹੁਣ ਆਪਾਂ ਜਾਣਾ ਜਮ੍ਹਾਂਬੰਦੀ 'ਚ। ਹੁਣ ਇੱਥੇ ਵੀ ਧਿਆਨ ਦੇਣ ਗੱਲਾਂ ਨੇ, ਇੱਥੇ ਜੇ ਤੁਸੀਂ ਸਭ ਤੋਂ ਪਹਿਲਾਂ ਬੰਦੇ ਦਾ ਨਾਮ ਸਰਚ ਕਰੋਗੇ ਵੀ ਕੀ ਨਾਂ 'ਤੇ ਫਰਦ ਆ, ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਆਪਾਂ ਕਿਸੇ ਦੇ ਨਾਂ ਦੇ ਵਿੱਚ ਵੀ ਫਰਦ ਕੱਢ ਸਕਦੇ ਹਾਂ ਵੀ ਕੀ ਨਾਂ 'ਤੇ ਉਹਦਾ ਨਾਮ ਆ ਜੋ ਰਿਕਾਰਡ 'ਚ ਚੱਲੀ ਜਾਂਦਾ, ਠੀਕ ਹੈ। ਬਿੰਦੀ ਟਿੱਪੀ ਦੀ ਵੀ ਫਰਕ ਨਹੀਂ ਹੋਣਾ ਚਾਹੀਦਾ, ਤੁਸੀਂ ਨਾਮ ਦੇ ਆਧਾਰ 'ਤੇ ਜਿਹੜੀ ਫਰਦ ਕੱਢ ਸਕਦੇ ਹੈਗੇ ਹੋਗੇ। ਉਸ ਤੋਂ ਬਾਅਦ ਜੇ ਗੱਲ ਕਰੀ ਨੈਕਸਟ, ਤੁਸੀਂ ਜਿਹੜੀ ਫਰਦ ਕੱਢ ਸਕਦੇ ਹੋ ਅੱਗੇ ਖੇਵਟ ਨੰਬਰ, ਜੇ ਤੁਹਾਨੂੰ ਖੇਵਟ ਨੰਬਰ ਬਾਰੇ ਪਤਾ ਤੁਸੀਂ ਫਰਦ ਕੱਢ ਸਕਦੇ ਹੋ। ਉਸ ਤੋਂ ਬਾਅਦ ਜੀ ਖਾਸਲਾ ਨੰਬਰ 57 ਨੰਬਰ, ਇਸ ਦੇ ਆਧਾਰ 'ਤੇ ਵੀ ਫਰਦ ਕੱਢ ਸਕਦੇ ਹੋ। ਚਲੋ ਆਪਾਂ ਵਾਲੀਆਂ ਗੱਲਾਂ ਨਹੀਂ ਕਰਦੇ, ਆਪਾਂ ਗੱਲ ਕਰਦੇ ਹਾਂ ਮਾਲਕ ਦੇ ਨਾਮ 'ਤੇ, ਠੀਕ ਆ ਜੀ। ਮਾਲਕ ਕੌਣ ਆ ਜੀ? ਮਾਲਕ ਤੁਸੀਂ ਇੱਥੇ ਕੋਈ ਵੀ ਸਿਲੈਕਟ ਕਰ ਸਕਦੇ ਹੋਗੇ, ਠੀਕ ਆ ਜੀ। ਅਤੇ ਕੋਈ ਵੀ ਨਾਂ ਸਿਲੈਕਟ ਕਰ ਲਓ, ਜਿਵੇਂ ਕਿ ਆਪਾਂ ਐਗਜ਼ਾਮਪਲ ਦੀ ਤੌਰ 'ਤੇ ਦੇਖੋ, ਪਹਿਲਾਂ ਮੈਨੂੰ ਦੱਸਿਆ ਵੀ ਇੱਥੇ ਤੁਸੀਂ ਅੰਗਰੇਜ਼ੀ ਹੀ ਲਿਖੋਗੇ, ਅੰਗਰੇਜ਼ੀ ਹੀ ਸਰਚ ਨਹੀਂ ਕਰਨਾ। ਜਿਵੇਂ ਆਪਾਂ ਗੁਰਚਰਨ ਸਿੰਘ ਲਿਖਾਂਗੇ, ਆਹ ਦੇਖੋ ਗੁਰਚਰਨ ਸਿੰਘ ਲਿਖਤਾ, ਪਰ ਕੋਈ ਡਾਟਾ ਉਪਲਬਧ ਨਹੀਂ। ਇਹਦਾ ਕਾਰਨ ਦੋਸਤੋ ਇਹ ਹੈ, ਜਦ ਤੱਕ ਕਿ ਇਹ ਇਹ ਜਿਹੜੀ ਆਪਾਂ ਉੱਪਰ ਸਰਚ ਕਰ ਰਹੇ ਹਾਂ, ਦੇਖੋ ਪੰਜਾਬੀ 'ਚ ਕਰ ਰਹੇ ਹਾਂ, ਕਈ ਵਾਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ, ਤਾਂ ਤੁਸੀਂ ਕੀ ਕਰਨਾ ਉਹਦੇ, ਯਾਨੀ ਕਿ ਆਪਣੇ ਡੈਸ਼ਬੋਰਡ ਸਾਰਾ ਪੰਜਾਬੀ 'ਚ, ਆਪਾਂ ਟੈਪ ਕਰ ਰਹੇ ਹਾਂ ਇੰਗਲਿਸ਼ 'ਚ, ਇੱਥੇ ਸਹੀ ਨਹੀਂ ਹੋਣਾ, ਤਾਂ ਆਪਾਂ ਨੂੰ ਪੰਜਾਬੀ 'ਚ ਹੀ ਟੈਪ ਕਰਨਾ ਪਊਗਾ। ਜਾਂ ਤਾਂ ਤੁਸੀਂ ਆਪਣੇ ਕੀਬੋਰਡ ਦੇ ਵਿੱਚ ਇੱਥੋਂ ਪੰਜਾਬੀ ਲੈਂਗੁਏਜ ਸਿਲੈਕਟ ਕਰ ਲਓ, ਠੀਕ ਹੈ ਜੀ। ਜਿਵੇਂ ਹੁਣ ਪੰਜਾਬੀ ਕਰਤਾ, ਮੈਂ ਇੱਥੇ ਮੈਂ ਲਿਖੂੰ ਗੁਰਚਰਨ, ਅਤੇ ਗੁਰਚਰਨ ਸਿੰਘ ਲਿਖਤਾ ਜੀ। ਉਸ ਤੋਂ ਬਾਅਦ ਤੁਸੀਂ ਹੋਰ ਦੇਖੋਗੇ, ਮਗਰ ਸਪੇਸ ਰਹਿ ਗਈ, ਸਪੇਸ ਨੂੰ ਕਰ ਦਾਂਗੇ ਇੱਥੋਂ ਆਪਾਂ ਖਤਮ, ਠੀਕ ਹੈ ਜੀ। ਸਪੇਸ ਨੂੰ ਖਤਮ ਕਰਾਂਗੇ ਇੱਥੋਂ, ਅਤੇ ਹੁਣ ਇਹਨੂੰ ਕਰ ਦਾਂਗੇ, ਯਾਨੀ ਕਿ ਜਿਹੜੀ ਆਹ ਆਪਸ਼ਨ ਆ ਮਾਲਕ ਅਤੇ ਰਿਸ਼ਤੇ ਨੂੰ ਦੇਖੋ, ਤਾਂ ਇਹਦੇ ਕਲਿੱਕ ਕਰ ਦਾਂਗੇ। ਇਹ 'ਤੇ ਕਲਿੱਕ ਕਰਨ ਤੋਂ ਬਾਅਦ ਦੇਖੋ ਜੀ, ਯਾਨੀ ਕਿ ਇਸ ਪਿੰਡ ਵਿੱਚ ਕਾਮੀਆਂ ਦੇ ਜਿੰਨੇ ਵੀ ਗੁਰਚਰਨ ਨਾਂ ਦੇ ਵਿਅਕਤੀ ਹਨ ਜੀ, ਸਾਰੇ ਹੀ ਆ ਜਾਣਗੇ। ਹੁਣ ਯਾਨੀ ਕਿ ਇਹ ਵਿੱਚ ਕੀ ਦੇਖੋਗੇ, ਲੱਭਣ ਵਾਲੀ ਗੱਲ ਇਹ ਹੈ, ਜਿਵੇਂ ਗੁਰਚਰਨ ਸਿੰਘ ਤਾਂ ਤੁਸੀਂ ਆਈ ਗਏ, ਹੁਣ ਆਪਾਂ ਨੇ ਦੇਖਣਾ ਪਿਓ ਦਾ ਨਾਂ, ਕਈ ਵਾਰ ਪਿਓ ਦਾ ਨਾਂ ਵੀ ਸੇਮ ਹੋ ਸਕਦਾ ਜੀ, ਵੀ ਬਹਾਰ ਸਿੰਘ, ਮੁਕੰਦ ਸਿੰਘ, ਇਹ ਸਾਰੇ ਹੀ ਆ ਗਏ, ਪਰੰਤੂ ਇਹਦੇ ਨਾਲ ਦਾਦੇ ਦਾ ਨਾਂ ਹੋਊਗਾ, ਤੁਸੀਂ ਦਾਦੇ ਦੇ ਨਾਂ ਤੋਂ ਵੀ ਪਤਾ ਕਰ ਸਕਦੇ ਹੋ, ਜਿਵੇਂ ਕਿ ਗੁਰਚਰਨ ਸਿੰਘ ਪੁੱਤਰ ਬਹਾਰ ਸਿੰਘ ਦਾ, ਇਹ ਨਾ ਚੈੱਕ ਕਰ ਸਕਦੇ ਵੀ ਤੁਹਾਡਾ ਯਾਨੀ ਕਿ ਜਿਹੜੀ ਫਰਦ ਦੇਖ ਰਹੇ ਹੋ ਕਿਸ ਨਾਂ 'ਤੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਇੱਕ ਜਿਵੇਂ ਸਿਲੈਕਟ ਕਰ ਲਓ, ਇੱਕ ਆਪਸ਼ਨ ਇਹ ਸਿਲੈਕਟ ਕਰ ਲਈ ਆਪਾਂ ਨੇ। ਹੁਣ ਅੱਗੇ ਤੁਸੀਂ ਜਾ ਕੇ ਦੇਖੋਗੇ, ਇੱਥੇ ਸਾਈਡ 'ਤੇ ਆਪਸ਼ਨ ਆਈਆਂ ਹੋਈਆਂ ਜੀ, ਖੇਵਟ, ਖੇਵਟ 68 ਨੰਬਰ, 217, ਜਿਹੜੀ ਖੇਵਟ ਤੁਸੀਂ ਦੇਖਣਾ ਚਾਹੁੰਦੇ ਹੋ ਉੱਥੇ ਕਲਿੱਕ ਕਰੋ। ਜੇਕਰ ਤੁਹਾਨੂੰ ਲੱਗਦਾ ਵੀ ਮੈਂ ਭਾਈ ਦੋਨੇ ਖੇਵਟਾਂ ਦੇਖਣਾ ਚਾਹੁੰਦਾ, ਤਾਂ ਦੋਨਾਂ ਦੇ ਕੀ ਹੈ, ਤਾਂ ਉੱਪਰ ਕਲੈਕਟ ਸਿਲੈਕਟ ਕਰ ਦਿਓ। ਉਸ ਤੋਂ ਬਾਅਦ ਇਹਨੂੰ ਕਹਿੰਦੇ ਨੇ ਜੀ ਕੈਬਜਾ, ਠੀਕ ਹੈ ਜੀ। ਜਿਹਨਾਂ ਨੂੰ ਭਰਨ ਲੱਗੇ ਲੋਕ ਲੱਗਦਾ, ਦਿੱਕਤ ਬਹੁਤ ਲੋਕਾਂ ਨੂੰ ਆਉਂਦੀ ਹੈ ਜੀ, ਕੈਬਚਾ ਇਹ ਹੁੰਦਾ ਕੀ ਹੈ, ਕੈਬਚਾ ਜਿਸ ਨੂੰ ਲੱਗਦਾ ਵੀ ਇਹ ਕੈਪਚਾ ਔਖਾ ਗਾ, ਤਾਂ ਤੁਸੀਂ ਰੀਫਰੈਸ਼ ਕਰ ਲਓ, ਇਹ ਦੁਬਾਰੇ ਬਦਲ ਕੇ ਆ ਜੂਗਾ ਜੀ, ਠੀਕ ਹੈ। ਇਹ ਕੰਪਿਊਟਰ ਪ੍ਰੋਗਰਾਮ, ਇੱਕ ਸੋਫਟਵੇਅਰ ਯਾਨੀ ਕਿ ਹੈਗਾ ਸਿਸਟਮ ਜਿਹੜਾ ਬਣਾਇਆ ਗਿਆ ਜੀ,
ਇਸ ਨੂੰ ਆਪਾਂ ਫਿਲ ਕਰ ਦੇਣਾ, ਜਿਹੜੇ ਅੱਖਰ ਛੋਟੇ ਨੇ ਛੋਟੇ ਭਰੋ, ਜਿਹੜੇ ਅੱਖਰ ਵੱਡੇ ਨੇ ਵੱਡੇ ਭਰ ਦਿਓ। ਉਸ ਤੋਂ ਬਾਅਦ ਕਰ ਦਿਓ ਰਿਪੋਰਟ, ਠੀਕ ਹੈ, ਯਾਨੀ ਕਿ ਸਰਚ, ਸਰਚਿੰਗ ਹੋਣ ਲੱਗ ਜੂ। ਜਿਹੜੀ ਇਹ ਫਰਦ ਆਪਾਂ ਨੂੰ ਦੱਸੇਗੀ ਨਾਮ ਦੇ, ਇਹ ਜੀ ਡਾਊਨਲੋਡ ਹੋਣ ਲੱਗ ਜਾਣੀ ਹੈਗੀ। ਆ ਦੇਖੋ ਹੁਣ ਇਹ ਤੁਸੀਂ ਯਾਨੀ ਕਿ ਦੇਖੋਗੇ, ਇਹ ਆਪਣੇ ਕੋਲ ਆਪਾਂ ਡਾਊਨਲੋਡ ਹੋ ਗਈ। ਇੱਥੇ ਜਾ ਕੇ ਆਪਾਂ ਇਹ ਜਿਹੜਾ ਡਾਊਨਲੋਡ ਕਰ ਸਕਦੇ, ਇੱਥੇ ਕਲਿੱਕ PDF, ਆ ਦੇਖੋ ਇਹ ਕੰਟੀਨਿਊ ਕਰਾਂਗੇ। ਆ ਦੇਖੋ ਜੀ ਆ ਸਾਰੀ ਫਰਦ ਆ ਗਈ। ਇਹ ਫਰਦ ਤੁਹਾਨੂੰ ਮੈਂ ਦੱਸਦਾ ਹਾਂ ਦੋਸਤੋ, ਇਹ ਜਿਵੇਂ ਕਿ ਇਹ 'ਚ ਵਾਟਰਮਾਰਕ ਲੱਗਿਆ ਹੋਇਆ, ਨੋਟ ਫਾਰ ਲੀਗਲ ਪਰਪਸ, ਯਾਨੀ ਕਿ ਜਿਹੜੀ ਇਹ ਫਰਦ ਆ ਆਪਾਂ ਨੈੱਟ ਤੋਂ ਕੱਢਦੇ ਹਾਂ, ਇਹ ਕੋਈ ਲੀਗਲ ਪਰਪਸ ਯਾਨੀ ਕਿ ਕੋਈ ਸਰਕਾਰੀ ਕੰਮ ਉਹਦੇ ਵਾਸਤੇ ਤੁਸੀਂ ਨਹੀਂ ਵਰਤ ਸਕਦੇ, ਠੀਕ ਹੈ। ਇਹਦੇ ਨਾਲ ਤੁਸੀਂ ਇੱਕ ਵਾਰੀ ਚੈੱਕ ਦੇ ਸਕਦੇ ਹੋ, ਤੁਸੀਂ ਰਿਕਾਰਡ ਚੈੱਕ ਕਰ ਸਕਦੇ ਹੋ ਆਪਦਾ, ਠੀਕ ਹੈ ਜੀ। ਉਹ ਤੁਹਾਨੂੰ ਆਪਣਾ ਫਰਦ ਕੇਂਦਰ 'ਚ ਹੀ ਲੈ ਕੇ ਆਉਣੀ ਪਊਗੀ। ਇਸ ਤਰ੍ਹਾਂ ਬੜੀ ਆਸਾਨੀ ਨਾਲ ਤੁਸੀਂ ਨਾਮ ਤੇ ਆਧਾਰ ਤੇ ਯਾਨੀ ਕਿ ਫਰਦ ਕੱਢ ਸਕਦੇ ਹੋਗੇ। ਤੇ ਉਸ ਤੋਂ ਬਾਅਦ ਜੀ ਆ ਜਾਣੇ ਬੈਕ ਆਪਾਂ ਫੇਰ, ਠੀਕ ਹੈ ਜੀ। ਤੇ ਹਾਂਜੀ, ਦੁਬਾਰੇ ਗੂਗਲ ਤੇ ਆਉਣ ਤੋਂ ਬਾਅਦ ਇੱਥੇ ਆਪਾਂ ਨੇ ਕੀ ਕਰਨਾ ਜੀ, ਸਰਕਾਰੀ ਪੋਸਟਾਂ ਸਰਚ ਕਰ ਲੈਣਾ, ਠੀਕ ਹੈ ਜੀ। ਧਿਆਨ, ਸਰਕਾਰੀ ਪੋਸਟਾਂ ਜਿਹੜਾ ਪਹਿਲਾ ਲਿੰਕ ਹੈ ਇਸ 'ਤੇ ਆਪਾਂ ਕਲਿੱਕ ਕਰ ਦੇਣਾ ਜੀ, ਜਾਂ ਨੀਚੇ ਵਾਲੇ ਲਿੰਕ 'ਤੇ ਸਰਕਾਰੀ ਪੋਸਟ .com ਦੀ ਸਾਈਟ ਕਰ 'ਤੇ ਕਲਿੱਕ ਕਰ ਦੇਣਾ। ਤੁਸੀਂ ਇਹ ਵੈਬਸਾਈਟ ਨੂੰ ਗੂਗਲ 'ਚ ਰੋਜ਼ਾਨਾ ਚੈੱਕ ਕਰ ਲਿਆ ਕਰੋ, ਇਹਦੇ ਵਿੱਚ ਤੁਸੀਂ ਡੇਲੀ ਪੋਸਟਾਂ ਦੀ ਜਾਣਕਾਰੀ ਪਾਉਣੇ ਰਹਿੰਦੇ ਹੈਗੇ ਜੀ। ਜਿਵੇਂ ਕੋਈ ਭਰਤੀ ਹੋ ਰਹੀ ਆ, ਤੁਸੀਂ ਦੇਖੋਗੇ ਸਾਹਮਣੇ ਹੁਣ ਤੁਹਾਡਾ ਮੈਸੇਜ ਆਈ ਜਾਂਦਾ ਜੀ ਭਰਤੀ ਹੋ ਰਹੀ ਹੈ, ਅਤੇ ਕਲਿੱਕ ਕਰ ਦੇਣਾ। ਅਤੇ ਉਸ ਤੋਂ ਬਾਅਦ ਤੁਸੀਂ ਜੇਕਰ ਤੁਸੀਂ ਆਧਾਰ ਕਾਰਡ ਡਾਊਨਲੋਡ ਕਰਨਾ ਚਾਹੁੰਦੇ ਹੋ, ਵੀ ਕਿਸ ਤਰ੍ਹਾਂ ਜਿਹੜੇ ਆਧਾਰ ਕਾਰਡ ਆਪਾਂ ਡਾਊਨਲੋਡ ਕਰ ਸਕਦੇ ਹਾਂਗੇ, ਉਹ ਦੇਖ ਸਕਦੇ ਹੋ, ਕੋਈ ਰਿਜ਼ਲਟ ਦੇਖਣਾ ਗਾ ਕੋਈ, ਠੀਕ ਹੈ ਜੀ, ਕੋਈ ਫੋਟੋ ਅਤੇ ਨਾਮ ਲਿਖਣਾ ਜਾਂ ਪੋਸਟ ਬਾਰੇ, ਅਤੇ ਨਾਲ ਹੀ ਇਸ ਆਪਸ਼ਨ 'ਤੇ ਜਾ ਕੇ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਵਟਸਐਪ ਚੈਨਲ ਦੇ ਵਿੱਚ, ਠੀਕ ਹੈ ਜੀ, ਅਤੇ ਨਾਲ ਹੀ ਟੈਲੀਗ੍ਰਾਮ ਦੇ ਵਿੱਚ, ਅਤੇ ਯੂਟਿਊਬ ਚੈਨਲ ਤੁਸੀਂ ਸਬਸਕ੍ਰਾਈਬ ਕਰ ਹੀ ਰੱਖਿਆ, ਜਿਨ੍ਹਾਂ ਨੇ ਕਰ ਰੱਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਜਿਨ੍ਹਾਂ ਨੇ ਨਹੀਂ ਕੀਤਾ, ਭਾਈ ਤੁਸੀਂ ਕੀ ਸੋਚਦੇ ਹੋ, ਤੁਸੀਂ ਵੀ ਕਰ ਦਿਓ। ਅਤੇ ਇਸ ਤਰ੍ਹਾਂ ਜਿਵੇਂ ਆਹ ਪੋਸਟਾਂ ਨਿਕਲ ਗਈਆਂ ਨੇ ਜੀ, ਸਟਾਫ ਨਰਸ ਦੀਆਂ, LIC ਏਜੰਟ ਦੀਆਂ, MTS ਦੀਆਂ, ਬਹੁਤ ਵਧੀਆ ਭਰਤੀ ਆ ਰਹੀਆਂ ਨੇ, ਤੁਸੀਂ ਸਾਰੇ ਭਰ ਸਕਦੇ ਹੋ ਇਹ, ਠੀਕ ਆ ਜੀ। ਇਸ ਇੱਥੇ ਤੁਸੀਂ ਜਾ ਕੇ ਡੇਲੀ ਵਾਚ ਕਰ ਲਿਆ ਕਰੋ, ਅਤੇ ਵਟਸਐਪ ਚੈਨਲ ਨੂੰ ਜੁਆਇਨ ਕਰ ਲਓ ਜੀ। ਅਤੇ ਦੋਸਤੋ ਵੀਡੀਓ ਕਾਫੀ ਲੰਬੀ ਹੋ ਗਈ, ਠੀਕ ਆ ਜੀ, ਤਾਂ ਵੀਡੀਓ ਕਰ ਦਿਓ ਲਾਈਕ ਸ਼ੇਅਰ ਜੱਚ ਕੇ ਵਟਸਐਪ ਗਰੁੱਪਾਂ ਦੇ ਵਿੱਚ, ਤਾਂ ਵੀਡੀਓ ਦੇਖਣ ਲਈ ਧੰਨਵਾਦ। ਅਤੇ ਜੇਕਰ ਤੁਹਾਡਾ ਕੋਈ ਹੋਰ ਸੁਝਾਅ ਹੈਗਾ ਕੋਈ, ਯਾਨੀ ਕਿ ਹੋਰ ਤੁਸੀਂ ਜਾਣਕਾਰੀ ਦੇਖਣਾ ਲੈਣਾ ਚਾਹੁੰਦੇ ਹੋ ਕਿ ਹੋਰ ਕੋਈ ਯਾਨੀ ਕਿ ਡਰਾਈਵਿੰਗ ਲਾਇਸੈਂਸ ਦੇ ਸੰਬੰਧ 'ਚ ਫਰਦ ਬਾਰੇ, ਠੀਕ ਆ ਜੀ, ਜਾਂ ਕੋਈ ਸਰਕਾਰੀ ਸਕੀਮ, ਈ ਸ਼ਰਮ, PM ਵਿਸ਼ਕਰਮਾ, ਤਾਂ ਨੀਚੇ ਕਮੈਂਟ ਕਰੋ, ਆਪਾਂ ਉਹਦੇ ਲਈ ਅਲੱਗ ਤੋਂ ਵੀਡੀਓ ਬਣਾ ਕੇ ਲੈ ਕੇ ਆਵਾਂਗੇ, ਠੀਕ ਆ ਜੀ। ਧੰਨਵਾਦ ਜੀ।